ਕੈਨੇਡਾ ਮਿਸਟਰ ਵੀਜ਼ਾ ਦੇ ਬਾਰੇ ਗੱਲ ਕਰਾਂਗੇ ਨਵੰਬਰ 2024 ਦੇ ਡਿਸੀਜਨ ਦੀ ਅਗਰ ਗੱਲ ਕਰੀਏ ਤਾਂ ਮਿਸਟਰ ਵੀਜ਼ਾ ਦਾ ਟ੍ਰੈਂਡ ਕੋਈ ਜ਼ਿਆਦਾ ਚੰਗਾ ਨਹੀਂ ਆ ਇਸ ਤੋਂ ਪਹਿਲਾਂ ਦੇ ਮਹੀਨਿਆਂ ਦੇ ਵਿੱਚ ਬਹੁਤ ਸੋਹਣੇ ਡਿਸੀਜਨ ਮਿਸਟਰ ਵੀਜ਼ਾ ਦੇ ਐਪਲੀਕੈਂਟਸ ਨੂੰ ਮਿਲੇ ਸੀ ਤੇ ਬਹੁਤ ਘੱਟ ਪ੍ਰੋਸੈਸਿੰਗ ਟਾਈਮ ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਅਪਰੂਵ ਹੋਈਆਂ ਸੀ ਬਟ ਨਵੰਬਰ ਦੇ ਜਿਹੜੇ ਡਿਸੀਜਨ ਉਹ ਬਿਲਕੁਲ ਇਸਦੇ ਆਪੋਜ਼ਿਟ ਹੈ ਡਿਸੀਜਨ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹੈ ਤੇ ਰਿਫਿਊਜ਼ਲ ਰੇਟ ਵੀ ਬਹੁਤ ਹੈ ਇਸ ਤੋਂ ਪਹਿਲਾਂ ਦੇ ਮਹੀਨਿਆਂ ਦੀ ਗੱਲ ਕਰੀਏ ਯੰਗ ਏਜ ਦੇ ਵਿੱਚ ਵਿਸਟਰ ਵੀਜ਼ਾ ਮਿਲਣਾ ਬਹੁਤ ਕਾਮਨ ਹੋ ਚੁੱਕਿਆ ਸੀ ਬਹੁਤ ਸੋਹਣੇ ਡਿਸੀਜਨ ਆ ਰਹੇ ਸੀ ਬਟ ਦੁਬਾਰਾ ਤੋਂ ਫਿਰ ਜਿਹੜਾ ਯੰਗ ਏਜ ਦੇ ਵਿੱਚ ਵਿਸਟਰ ਵੀਜ਼ਾ ਰਿਫਿਊਜ਼ਲ ਰੇਟ ਨੂੰ ਹਾਈ ਕੀਤਾ ਗਿਆ ਕਾਫੀ ਹੱਦ ਤੱਕ ਜਿਹੜੀਆਂ ਐਪਲੀਕੇਸ਼ਨ ਅਪਰੂਵ ਹੋ ਰਹੀਆਂ ਨੇ ਉਹਦੇ ਵਿੱਚ ਪੇਰੈਂਟਸ ਨੂੰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਸੋ ਅੱਜ ਟੋਟਲ 5 ਵਿਸਟਰ ਵੀਜ਼ਾ ਐਪਲੀਕੇਸ਼ਨ ਅਪਰੂਵ ਹੋਈਆਂ ਨੇ ਉਹਨਾਂ ਦੀ ਪ੍ਰੋਫਾਈਲ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਪਹਿਲੀ ਐਪਲੀਕੇਸ਼ਨ ਬਲਜੀਤ ਕੌਰ ਦੀ ਆ ਬਠਿੰਡਾ ਦੇ ਰਹਿਣ ਵਾਲੇ ਆ ਬੇਟਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਹੋਮ ਸਿਕਨੈਸ ਦਾ ਜਿਹੜਾ ਪਰਪਸ ਆਫ ਵਿਜ਼ਿਟ ਸੀਗਾ ਤੇ ਟੋਟਲ 7,80,000 ਦੇ ਕਰੀਬ ਫੰਡ ਇਹਨਾਂ ਕੋਲ ਸਨ 107 ਦਿਨਾਂ ਦੇ ਵਿੱਚ ਵਿਸਟਾ ਵੀਜ਼ਾ ਅਪਲੀਕੇਸ਼ਨ ਇਹਨਾਂ ਦੀ ਅਪਰੂਵ ਹੁੰਦੀ ਹੈ ਉਸ ਤੋਂ ਬਾਅਦ ਹੀ ਐਪਲੀਕੇਸ਼ਨ ਕਰਮਜੀਤ ਕੌਰ ਦੀ ਆ ਬੀਪੀਓ ਲਹਿਰਾ ਮੁਹੱਬਤ ਦੇ ਰਹਿਣ ਵਾਲੇ ਆ ਬੇਟੀ ਕੈਨੇਡਾ ਦੇ ਵਿੱਚ ਪੀਆਰ ਹੈ 8 ਲੱਖ ਰੁਪਏ ਦੇ ਫੰਡ ਸੀਗੇ 94 ਦਿਨ ਦੇ ਵਿੱਚ ਕੈਨੇਡਾ ਵਿਸਟਾ ਵੀਜ਼ਾ ਅਪਲੀਕੇਸ਼ਨ ਇਹਨਾਂ ਦੀ ਅਪਰੂਵ ਹੋਈ ਹੈ ਨੈਕਸਟ ਐਪਲੀਕੇਸ਼ਨ ਅਪਤਾਰ ਸਿੰਘ ਕਰਵਾਲ ਦੀ ਹੈ ਜੋ ਕਿ ਬਠਿੰਡਾ grain market ਦੇ ਰਹਿਣ ਵਾਲੇ ਆ ਬੇਟਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਸੋਰਸ オーਪਨ ਕਿਉਮ ਬਿਜ਼ਨਸ ਹੈ 10 ਲੱਖ ਰੁਪਏ ਦੇ ਫੰਡ ਦੇ ਇਹਨਾਂ ਕੋਲ ਹੈਗੇ ਆ 111 ਦਿਨ ਦਾ ਪ੍ਰੋਸੈਸਿੰਗ ਟਾਈਮ ਇਹਨਾਂ ਦੀ ਐਪਲੀਕੇਸ਼ਨ ਦੇ ਉੱਪਰ ਲੱਗਿਆ ਤੇ ਤਿੰਨ ਪ੍ਰੀਵੀਅਸ ਰਿਫਿਊਜ਼ਲ ਇਹਨਾਂ ਕੋਲ ਸਨ ਜਿਦੇ ਵਿੱਚੋਂ ਇੱਕ ਰਿਫਿਊਜ਼ਲ ਯੂਐਸਟੀ ਸੀਗੀ ਐਂਡ ਦੋ ਰਿਫਿਊਜ਼ਲ ਕੈਨੇਡਾ ਵਿਸਟਰ ਵੀਜ਼ਾ ਦੀ ਸਨ ਸੋ ਟੋਟਲ ਤਿੰਨ ਰਿਫਿਊਜ਼ਲ ਤੋਂ ਬਾਅਦ ਇਹਨਾਂ ਦੀ ਐਪਲੀਕੇਸ਼ਨ ਅਪਰੂਵ ਹੋਈ ਆ ਸੋ ਨੈਕਸਟ ਐਪਲੀਕੇਸ਼ਨ ਜਸਪਾਲ ਕੌਰ ਬਰਾੜ ਐਂਡ ਨਵਜੋਤ ਸਿੰਘ ਬਰਾੜ ਨਵਜੋਤ ਸਿੰਘ ਬਰਾੜ ਜਿਹੜੇ ਬੀਐਸਸੀ ਐਗਰੀਕਲਚਰ ਦੀ ਬੀਪੀਓ ਗੰਗਾ ਬਠਿੰਡਾ ਦੇ ਰਹਿਣ ਵਾਲੇ ਆ ਸੋ ਜਸਪਾਲ ਕੌਰ ਦੀ ਬੇਟੀ ਐਂਡ ਨਵਜੋਤ ਸਿੰਘ ਦੀ ਸਿਸਟਰ ਜਿਹੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਪਰ ਆ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਜਾ ਰਹੇ ਸੀਗੇ 1972000 ਦੇ ਕਰੀਬ ਫੰਡ ਸਨ ਤੇ 107 ਦਿਨ ਦੇ ਵਿੱਚ ਇਹਨਾਂ ਦੀ ਐਪਲੀਕੇਸ਼ਨ ਅਪਰੂਵ ਹੁੰਦੀ